ਬਿੱਲ ਸਾਡਾ ਲੈਣ ਨੂੰ ਦਿਲ ਵੀ ਨੀ ਕਰਦਾ, ਬੱਤੀ ਬਣਾ ਕੇ ਥੱਲੋਂ ਦੀ ਦੇ ਜਾਂਦੇ ਆ। ਉਤੋਂ ਵੇਖਣਾ ਕੁੜੀ ਡਾਂਸ ਕਰਦੀ ਆ, ਹਰ ਬੰਦਾ ਵੀਡੀਓ ਬਣਾ ਲੱਗ ਪੈਂਦਾ। ਬੱਲੇ ਬੱਲੇ ਉਹ ਯਾਰ ਭਰਾਓ, ਆਖਰਤ ਬਣਾਓ, ਵੀਡੀਓ ਨਾ ਬਣਾਓ। ਸਹੀ ਗੱਲ ਵਾ। ਮੈਂ ਕਹਿੰਦੇ ਜਿਹੜਾ ਵੀ ਕਸਟਮਰ ਆਵੇ, ਮੈਂ ਕਹਿੰਦੇ ਉਹਨੂੰ ਕਹਿ ਸ਼ਗਿਰਦ ਪੈਣਾ ਤੇ 10,000 ਰੁਪਈਏ ਤੂੰ 10 ਕਿਲੋ ਮਠਿਆਈ ਮੰਗਦਾ। ਭਰਾ ਮੇਰਿਆ ਪਹਿਲੇ 26,000 ਕਿਸੇ ਕੋਲੋਂ ਫੜ ਲਾ, ਔਖਾ ਸੌਖਾ ਹੋ ਕੇ ਅਗਲਾ ਕੰਮ ਬਾਅਦ ਚੋਂ ਕਰਾਂਗੇ। ਮੈਨੂੰ ਡਰਿਆ ਮੀਟਰ ਲੈ ਜਾਣਾ। ਉਹ ਭਤੀਜਾ ਤੇਰਾ ਗਿਆ ਵਾ, ਉਹਨੇ ਗੁਰੂਘਰ ਵੱਡਾ ਹੀ ਬੰਨਾ ਵਾ। ਉਹਨੂੰ ਤੂੰ ਕੱਲ ਹੀ ਭੇਜ ਦਿੱਤਾ ਵੀ ਇੱਥੇ ਮੇਰੇ ਕੋਲ ਹੱਥ ਉਹਦੇ ਸਿੱਧੇ ਕਰਾ ਦਿੰਦਾ। ਤੇਰੇ ਕੋਲ ਸਿੱਧੇ ਕਰਾ ਲੈਂਦਾ, ਕੋਰਸ ਕਰਨ ਗਿਆ ਵਾ। ਅੱਛਾ ਅੱਛਾ ਅੱਛਾ, ਬਾਹਰ ਦੇ ਮੁਲਕ ਗਿਆ ਵਾ ਸਿੰਗਾਪੁਰ ਤੇ ਇੱਥੋਂ ਸਿਵਲ ਹਸਪਤਾਲੋਂ ਟੀਕਾ ਕਰਵਾ ਲੈਂਦਾ ਆਪਣੇ ਕੋਰਸ, ਇੱਥੇ ਦੂਰ ਗਿਆ ਕਰ। ਬਗਾਰਤੀ ਨਾ ਕਰਿਆ ਕਰ। ਅੱਛਾ ਭਰਾ ਮੇਰੇ, ਆਪਾਂ ਸੋਰ ਲਾਏ ਜਿਹੜੀ ਆ ਨਾ ਆਪ ਆਪਣੇ ਵਿੱਚ ਰਿਆਜ਼ ਰਹਿਣ ਦੀ, ਮੈਂ ਕਹਿੰਦਾ ਅੱਜ ਮਸ਼ਤਾਕ ਕਰ ਲਈਏ। ਇਹ ਤੈਨੂੰ 17 ਇਮਤਿਆਜ਼ ਦਿੱਤਾ ਕਿੰਨੇ ਆ? ਉਹ ਭਾਈ ਇਮਤਿਆਜ਼ ਨੇ, ਇਮਤਿਆਜ਼ ਮੇਰਾ ਵਾਕਫ ਸੀ, ਉਹ ਕਹਿੰਦਾ 17 ਲੈ ਲਾ। ਵੀ ਜਦੋਂ ਤਲਕ ਬਣ ਜਾਵੇ ਫਿਰ ਕੋਈ 17 ਸਾਡੇ ਤੋਂ ਲੁਕੇ? ਗੱਲ ਤੇ ਸਹੀ ਹੈ ਤੇ ਕੀ ਮੌਤ ਪੈ ਗਈ ਆ। ਵਾਹ ਵਾਹ, ਬੱਲੇ ਬੱਲੇ ਲੈ ਭਰਾ ਮੇਰਿਆ। ਹਾਂ ਹਾਂ ਵੇ, ਕੀ ਆ ਹੁਣ ਕਿਹਨੂੰ ਉਡੀਕੀ ਜਾਂਦਾ ਇਹ? ਹੈ ਮੈਨੂੰ ਬੇਪਰਾਹ ਗੁੱਸਾ ਵਾ, ਕਿਉਂ ਭਰਾ ਮੇਰਿਆ, ਏਦਾਂ ਦਾ ਮੁੰਡਾ ਬਾਹਰ ਤਾਲੇ ਚਲਫੀ ਪਾ ਕੇ ਭੱਜ ਜਾਂਦਾ ਹੁੰਦਾ। ਹਾਂਜੀ ਹਾਂਜੀ ਹੁਣ ਖੁਸ਼ ਹੋ? ਕੌਣ ਸੀਗਾ? ਮੇਰਾ ਦੋਸਤ ਸੀ, ਕਹਿੰਦਾ ਕੰਜਰਾਂ ਦੀ ਆਵਾਜ਼ ਸੁਣਨੀ। ਲੈ ਉਹਨੇ ਆਵਾਜ਼ ਇਕੱਲੀ ਸੁਣਨੀ, ਉਹ ਘੰਟੇ ਦਾ ਉਹਨਾਂ ਨਾਲ ਗੱਲਾਂ ਕਰਨ ਡਿਆ, ਉਹਨੂੰ ਉਹਨਾਂ ਦੀ ਫਰਕ ਪੈਣ ਡਿਆ। ਫੋਨ ਵੀ ਤੇ ਉਹਨੇ ਕੰਜਰ ਨਹੀਂ ਕੀਤਾ ਵਾ। ਮੈਂ ਕਹਿੰਦਾ ਸੀ ਤੁਸੀਂ ਬੰਦ ਕਰੋ ਕਾਲ, ਮੈਂ 2 ਮਿੰਟ ਨਾਲ ਗੱਲ ਕਰਨ ਵਾ। ਓਕੇ, ਇਹ ਤੁਹਾਡੇ ਜੋ ਮਰਾਸੀ ਕੌਣ ਹੋਈ? ਅਸੀਂ ਮਰਾਸੀ ਆ ਭਾਈ, ਹੋਰ ਅਸੀਂ ਬਰਫ ਲਾਈ ਇੱਥੇ। ਬਕਵਾਸ ਨਾ ਕਰੋ, ਮਰਾਸੀ ਕੀ ਹੋਇਆ? ਖਾਨ ਸਾਹਿਬ ਕਹਿ ਲੈ। ਉਹ ਮਰਾਸੀ ਹੋ ਤੁਸੀਂ ਸਾਰੇ, ਹੋਰ ਜਿੰਨੇ ਸ਼ਾਹ ਮਰਾਸੀ ਵੀ ਕਹੀ ਲੱਗ। ਆ ਜਾ, ਇਹਨੂੰ ਜਿੰਨਾ ਕਹੇਗਾ ਉਨੀ ਗੱਲ ਵਧਾਊਗਾ। ਮੈਨੂੰ ਆ ਦੱਸੋ ਜਨਾਬ, ਮੈਂ ਅੱਗੇ ਚੌਂਕ ਦੇ ਵਿੱਚੋਂ ਲੜਦਾ ਝਗੜਦਾ ਇੱਥੇ ਆ ਗਿਆ ਵਾ। ਚੌਂਕ ਦੇ ਵਿੱਚ ਲੜਨ ਦੀ ਕਿਹੜੀ ਲੋੜ ਪੈ ਗਈ ਕਾਕਾ ਤੇ? ਲੜਾਈ ਪੈ ਗਈ, ਮੁਸੀਕੀ ਤੋਂ ਨੀ ਲੜੀਦਾ, ਕਿਵੇਂ ਲੜਾਈ ਪਈ ਆ? ਜਿੰਨੀ ਛੇਤੀ ਹੋ ਸਕਦਾ ਮੈਨੂੰ ਗਾਣਾ ਸੁਣਾਓ। ਕਾਰ ਬੰਦਾ ਤਾਂ ਲਾੜੀ ਨੀ ਸਕਦਾ ਉਹ ਭਾਈ, ਮੈਂ ਅਗਲਾ ਬੰਦਾ ਜਿੰਨੀਆਂ ਮਰਜ਼ੀ ਚੰਡਾ ਮਾਰ ਲਵੇ ਤੁਹਾਨੂੰ ਕੌਣ ਕਹਿੰਦਾ? ਕਹਿਣਾ ਕਿਸੇ ਨੂੰ ਇਹਦੀ ਵੱਡੀ, ਜਿਹੜੀ ਵੱਡੀ ਫੈਰੰਗ ਇਹਦੀ ਬਦਵਾ ਵਾ। ਆਪਣੀ ਗੱਲ ਛੱਡੋ, ਮੈਂ ਬਸ ਲੜਨਾ ਝਗੜਨਾ, ਮੈਂ ਗਾਣਾ ਸਿੱਖ ਕੇ ਉਹ ਜਿਹੜੀ ਲੜਾਈ ਰੁਕੀ ਆ ਮੈਂ ਜਾ ਕੇ ਦੁਬਾਰਾ ਫੇਰ ਕਰਨੀ। ਉੱਥੋਂ ਲੜਾਈ ਸ਼ੁਰੂ ਕਰਨੀ ਹੈ? ਗਾਣਾ ਸਿਖਾਓ, ਫਟਾਫਟ ਕਰੋ ਮੈਨੂੰ ਬਸ। ਗਾਣਾ ਤੁਸੀਂ ਕਿਉਂ ਸਿੱਖਣ ਦੇ? ਤੁਹਾਡਾ ਦੁਸ਼ਮਣ ਏਡਾ ਸੁਰੀਲਾ ਵਾ, ਕਿੰਨੀ ਦੇਰ ਚ ਗਾਣਾ ਸਿੱਖਣਾ ਚਾਹ ਰਹੇ ਹੋ? ਸ਼ਗਿਰਦੀ ਦੀ ਰਸਮ ਦੇ ਦੇਖੋ, ਤੁਸੀਂ ਮੈਨੂੰ ਈਜ਼ੀ ਲੈ ਰਹੇ ਹੋ, ਮੈਂ ਜੁੱਤੀ ਲਾ ਲੈਣੀ ਆ। ਜੁੱਤੀ ਨਾ ਲਾ, ਜੇ ਗਾਣਾ ਛੇਤੀ ਸਿੱਖਣਾ ਤੇ ਸਲਵਾਰ ਲਾ ਲਾ, ਪੈਂਟ ਪਾਲਾ ਸ਼ਰਟ ਪਾਲਾ ਪਾ ਕੇ ਤੇ ਸਾਡੇ ਕੋਲ ਤਿਆਰ ਹੋ ਕੇ ਬਹਿ ਜਾ। ਅੱਛਾ ਓਕੇ, ਆ ਫਟਾ ਕੇ ਕਰੋ। ਫਟਾ ਕੇ ਕਿੰਨਾ ਕਰਨਾ ਅੱਗੇ ਜੀ? ਇੰਨਾ ਕੱਗੇ ਬਹੁਤ ਆ। ਉਹ ਜੇਦਾ ਸ਼ਲਵਾਰ ਬੰਦਾ ਚੰਗਾ ਲੱਗਦਾ, ਜੇਦਾ ਆਪ ਨਾ ਲਾਵੇ, ਜੇਦਾ ਚੁੱਪ ਕਰਕੇ ਖਲੋ ਜਾਵੇ ਮੈਂ ਆਪ ਲਾ ਲੈਣਾ। ਤੁਸੀਂ ਮੈਨੂੰ ਗਾਣਾ ਕਿਸੇ ਕੁੱਤੀ ਦੱਸ ਦਿਓ।
ਮੈਨੂੰ ਗੁੱਸਾ ਨਾ ਚਾਇਆ ਇੱਥੇ ਨਾ ਨਾ ਮੈਂ ਕਿਹੜੀ ਚਲਾ ਗਾਣਾ ਸਲਾਮ ਮਰਾਸੀਆ ਛੇ ਜੀ ਆਂਦੀ ਹੈ ਸ਼ਾਇ ਉਹ ਜਿਹੜਾ ਹੁੰਗਾ ਮੁੰਡਾ ਮੂੰਹ ਮੱਥੇ ਲੱਗ ਰਿਹਾ ਹੈ ਮੈਂ ਕੀ ਕਰਾਂ ਮੇਰੇ ਤਾਂ ਅੱਗੇ ਪੱਠੇ ਖਿੱਚੇ ਪਏ ਗਾਣਾ ਛੇਤੀ ਸਿਖਾਉਣਾ ਜਾਂ ਖੰਜਰ ਕੱਢਾਂ ਨਾ ਖੰਜਰ ਨਾ ਕੱਢੀ ਮੇਰੇ ਆਟੋ ਲਿਆ ਨਾ ਆ ਕੀ ਹੈ ਇਹ ਇਹ ਪੁੱਤ ਵਾਜਾ ਵਾ ਨਹੀਂ ਨਹੀਂ ਆ ਕਾਲੇ ਤੇ ਚਿੱਟੇ ਤੇ ਆ ਕੀ ਆ ਇਹ ਪੁੱਤ ਬਟਨ ਨਾ ਬਟਨ ਇਹ ਕਾਦੇ ਆ ਜੀ ਆ ਪੱਖਿਆਂ ਦੇ ਆ ਆ ਜਿਹੜੇ ਚਿੱਟੇ ਆ ਇਹਨਾਂ ਦੇ ਆ ਜਿਹੜੇ ਕਾਲੇ ਆ ਉਹ ਇਹਨਾਂ ਦੇ ਆ ਜਿਹੜਾ ਹਾਲ ਚ ਬੋਲੇ ਫਿਰ ਇੱਥੋਂ ਬੈਠਾ ਪੱਖਾ ਬੰਦ ਕਰ ਦਿੰਦਾ ਤੇ ਆ ਕੀ ਆ ਇਹ ਪੁੱਤ ਗਰਮੀ ਬੜੀ ਆ ਮੈਨੂੰ ਮੈਂ ਆਪਣੇ ਵਾਸਤੇ ਪੱਖਾ ਲਾਇਆ ਇਹ ਜਨਾਬ ਗਾਣਾ ਸਿਖਾ ਮੈਨੂੰ ਗਾਉਣ ਦਾ ਬਹੁਤ ਸ਼ੌਕ ਹੈ ਗਾਣਾ ਗਾਉਣ ਦਾ ਸ਼ੌਕ ਹੈ ਰਾਤੀ ਮੈਂ ਨਾ ਇੱਕ ਵਾਰੀ ਆਪਣੇ ਕੋਲੋਂ ਕੋਸ਼ਿਸ਼ ਕੀਤੀ ਅੱਛਾ ਰਾਤੀ ਮੈਂ ਗਾਣਾ ਗਾਇਆ ਰਾਗ ਗਾਇਆ ਇੰਜ ਕਰ ਫੇਰ ਨਾਲਦਿਆਂ ਦੀ ਕੁੱਤੀ ਸੀ ਉਪਈ ਵਾਹ ਵਾਹ ਉਹ ਜਦੋਂ ਤੂੰ ਹੋਇਆ ਹਾਂ ਅੱਛਾ ਜਦੋਂ ਤੁਸੀਂ ਰਾਗ ਗਾਇਆ ਤੇ ਕੁੱਤੀ ਸੀ ਉਪਈ ਆਹੋ ਤੇ ਤੁਸੀਂ ਕਿੱਥੇ ਮੂੰਹ ਦੇ ਕੇ ਰਾਗ ਗਾਉਣ ਡਏ ਸੀ ਜਿਹੜਾ ਕੁੱਤੀ ਨੇ ਮੇਰਾ ਮਤਲਬ ਕੁੱਤੀ ਨੇ ਫਟਾਫਟ ਬੱਚੇ ਸੁੱਟਤੇ ਮੁੰਡਾ ਮੂੰਹ ਮੱਥੇ ਲੱਗ ਰਿਹਾ ਈ ਇਹ ਗਾਣਾ ਸਿਖਾਓ ਜੀ ਤੁਸੀਂ ਮੈਨੂੰ ਅੱਛਾ ਗਾਣਾ ਕਿੰਨੀ ਜਲਦੀ ਜਲਦੀ ਸਿੱਖਣਾ ਫੋਰੀ ਮੈਂ ਕਿੰਨਾ ਕਰਨ ਸੇਰੀ ਜ਼ਬਾਨੀ ਪੜ ਗਾ ਸਰ ਕਾ ਮਦਨ ਸੇਰੀ ਜ਼ਬਾਨੀ ਪੜ ਗਾ ਸਰ ਕਾ ਮਦਨ ਸੇਰੀ ਜ਼ਬਾਨੀ ਪੜ ਗਾ ਸਰ ਕਾ ਇਹ ਤੋਂ ਜੇ ਨਹੀਂ ਬਸਵਾ ਸਕਦਾ ਮੈਂ ਤੈਨੂੰ ਮੈਨੂੰ ਤੁਸੀਂ ਗਾਣਾ ਭਲਾ ਕਿਹੜਾ ਸਿਖਾਉਣਾ ਕਿਹੜਾ ਕਿਹੜਾ ਫੀਸ ਤੁਹਾਡੀ ਮਰਜ਼ੀ ਦੀ ਅੱਛਾ ਐਸੇ ਇੰਜ ਰੱਖਣਾ ਤਾਂ ਮੇਰੀ ਗੱਲ ਸੁਣ ਲੈ 10 ਕਿਲੋ ਮਠਿਆਈ ਚਾਹੀਦੀ ਹੈ 2 ਸਾਨੂੰ ਸੂਟ ਚਾਹੀਦੇ ਬੋਸਕੀ ਦੇ ਰੁਪਈਆ 26000 ਰੁਪਈਆ ਸਾਨੂੰ ਚਾਹੀਦਾ ਉਹ ਸਾਨੂੰ ਪਹਿਲੇ ਦੇ ਦੇ ਮੈਂ ਫਟਾਫਟ ਆਜ਼ਾਦ ਹੋ ਕੇ ਆ ਜਾਵਾਂ ਬਾਪ ਡੱਕ ਨੂੰ ਜੇ ਇੰਨਾ ਕੁਛ ਲੈਣਾ ਵਾ ਤਾਂ ਗਾਣਾ ਕਿਸੇ ਬੱਚੀ ਕੋਲ ਸਿਖਾਓ ਮੈਨੂੰ ਹਾਂ ਲੜਕੀ ਇਹ ਤਾਂ ਮਤਲਬ ਫੀ ਬਿਲ ਤੇ ਨਾਲ ਪਾਵਾਂ ਚਾਹੁੰਦਾ ਆਹੋ ਬਚਾਓ ਵੀ ਸਾਡੇ ਕੋਲ ਰੇਂਜ ਹੈ ਅੱਛਾ ਜੀ ਹੈ ਵਾ ਸਾਡੇ ਮੁੰਡਾ ਮੂੰਹ ਮੱਥੇ ਲੱਗ ਰਿਹਾ ਇਹਨੂੰ ਅੰਦਰ ਭੇਜ ਫਨ ਆਪਣਾ ਇਹਦੇ ਅੰਦਰ ਕਨਵਰਟ ਕਰਾਂ ਜੇ ਤੇ ਹੀ ਤਾਂ ਚੰਗਾ ਲੱਗਦਾ ਨਹੀਂ ਇਹ ਹੁਣ ਨਹੀਂ ਇਹ ਹੁਣ ਤੁਸੀਂ ਮੇਰੇ ਕੋਲੋਂ ਸਿੱਖਣਾ ਕਿ ਫਨ ਕਨਵਰਟ ਕਰਾਉਣਾ ਓਕੇ ਕਨਵਰਟ ਮੀਨ ਮਸਲਾ ਨਹੀਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮਿੰਟ ਦੇ ਵਿੱਚ ਤੇਰੇ ਅੰਦਰ ਤੋੜ ਫਨ ਚਲੇ ਜਾਣਾ ਅੱਛਾ ਜੀ ਹਾਂਜੀ ਚਲੋ ਗਾਣਾ ਸਿਖਾਓ ਗਾਣਾ ਕਿਹੜਾ ਸਿਖਾਈਏ ਤੈਨੂੰ ਵੀ ਗਾਣਾ ਇੰਡੀਆ ਦਾ ਸਿਖਾਓ ਮੈਨੂੰ ਉਹਦਾ ਬੜਾ ਸ਼ੌਕ ਆ ਕੀ ਲੱਗੀ ਦਾ ਅੱਜ ਹੋਣਾ ਦੀਦਾਰ ਮਾਹੀ ਦਾ ਅੱਜ ਹੋਣਾ ਦੀਦਾਰ ਵਾਹ ਵੇ ਵਾਹ ਇਹ ਤਾਂ ਤੈਨੂੰ ਆਉਂਦਾ ਵਾ ਇਹ ਰਹਿਣ ਦੇ ਪੁੱਤ ਇਹ ਤਾਂ ਆਉਂਦਾ ਵਾ ਉਸਤਾਦ ਜੀ ਫੇਰ ਤੁਸੀਂ ਚਵਣਾ ਮਾਰਨ ਦੇ ਆ ਤੇ ਹੋਰ ਕੋ ਹੋਰ ਕੋ ਸਿੱਖ ਲੈ ਕਾਕਾ ਹੋਰ ਸਿਖਾ ਦਿਓ ਰਾਗ ਸਿੱਖ ਲੈ ਰਾਗ ਕੋ ਆਹੋ ਜਿਹੜਾ ਕਿਹੜਾ ਸਿਖਾਵਾਂ ਤੈਨੂੰ ਇਸ ਹੋ ਗਿਆ ਨਹੀਂ ਚਲਾ ਹਾਂ ਉਹ ਸਿਖਾ ਦਿਓ ਕਿਹੜਾ ਕਿਹੜਾ ਸਾ 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 ਸਨੀ ਨੀ 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 ਦਾ 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 ਨੀ ਪਾ ਦਾ ਨੀ ਸਾ 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 ਨੀ 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 ਦਾ 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 ਨੀ ਪਾ ਦਾ ਨੀ ਦਾ ਸਾ ਨੀ ਦਾ ਨੀ ਪਾ ਦਾ ਨੀ ਸਾ ਵਾ 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 ਪੁੱਤਰ ਜੇ ਸਾਡੇ ਕੋਲ ਸਿੱਖਣਾ ਨਾ ਤੇ ਸਾਰਿਆਂ ਤੋਂ ਪਹਿਲੇ ਭੁੱਲ ਗਿਆ ਅੱਛਾ ਅੱਲਾ ਦੀ ਕਸਮ ਆ ਵੀ ਮਰਾਸੀ ਜੇ ਉਹ ਸਾਲੇ ਉਹ ਡੇ ਸੁਰੀ ਹੋਈ ਪਈ ਭਰਾ ਮੇਰਿਆ ਉਹ ਤੂੰ ਹੀ ਆ ਮੁਗਲ ਤੁਸੀਂ ਮੈਨੂੰ ਇਹ ਬਦਤਮੀਜ਼ੀ ਕਰ ਰਹੇ ਮੇਰੇ ਨਾਲ ਮੇਰੇ ਢੋਲੇ ਮੇਰੀ ਲੜਾਈ ਰੁਕੀ ਪਈ ਆ ਮੈਨੂੰ ਗਾਣਾ ਸਿਖਾਓ ਮਰਾਸੀਆ ਇਹਨੂੰ ਢੋਲਕ ਨਾ ਸਿਖਾ ਦਈਏ ਹਾਂ ਢੋਲਕ ਸਿੱਖ ਲੈ ਪੁੱਤ ਢੋਲਕ ਸਿੱਖ ਲੈ ਇਹ ਗਾਣਾ ਮੇਰੇ ਵਾਸਤੇ ਨਹੀਂ ਨਹੀਂ ਤੇਰੇ ਵਾਸਤੇ ਆ ਢੋਲਕ ਤੇ ਆ ਚਲੋ ਢੋਲਕ ਹੀ ਸਿਖਾ ਦੇ ਇਹ ਜਰਾ ਮੇਰਾ ਪੁੱਤ ਰੁਕਿਆ ਇਹ ਗਾਣੇ ਆਸੇ ਤੇ ਜੀ ਆ ਕਰਨਾ ਪੈਂਦਾ ਤੇ ਢੋਲਕ ਹੀ ਆਸੇ ਕੀ ਆ ਜੀ ਇਹ ਢੋਲਕ ਦਾ ਵੀ ਬੜੇ ਸਬਕ ਹੁੰਦੇ ਆ ਉਹ ਕੀ ਢੋਲਕ ਹੀ ਸਿੱਖਣ ਵਾਸਤੇ ਸਭ ਤੋਂ ਪਹਿਲੇ ਇਧਰ ਆ ਕੀ ਅਸੀਂ ਨਹੀਂ ਸਿੱਖੇ ਨਹੀਂ ਤੇ ਜੇਦਾ ਨਹੀਂ ਸਿੱਖਦਾ ਚੰਗਾ ਲੱਗਦਾ ਪਤਾ ਨਹੀਂ ਲੱਗਣਾ ਜੇਦੇ ਤੇ ਸਿਖਾ ਆ ਕਰਨਾ ਤੇ ਉਧਰ ਮਸੀਕੀ ਪਾਰ ਹੋ ਜਾਣੀ ਜੇ ਮੈਂ ਖੰਜਰ ਕੱਢ ਲੈਣਾ ਵਾ ਖੰਜਰ ਨਾ ਕੱਢ ਪੁੱਤ ਮੇਰੀ ਗੱਲ ਸੁਣ ਲਾ ਮੈਨੂੰ ਛੇਤੀ ਮਸੀਕੀ ਸਿਖਾਓ ਬਾ ਛੇਤੀ ਸਿਖਾਓ ਪਤਾ ਨਹੀਂ ਕਿੱਡੀ ਕਾਲੀ ਆਈ ਹੈ ਢੋਲਕ ਦਾ ਕਰੋ ਤੁਸੀਂ ਆਉਂਦੇ ਆ ਆਉਂਦੇ ਹੋਏ ਘਰੋਂ ਭਾਂਡਾ ਲਿਆਉਂਦੇ ਤੁਹਾਨੂੰ ਭਾਂਡੇ 'ਚ ਪਾ ਕੇ ਦੇ ਦੇਣੀ ਸੀ ਮਸੀਕੀ ਕਿਉਂ ਮਸੀਕੀ ਮਸੀਕੀ ਚਾਉਂਦੀ ਨਹੀਂ ਮਸੀਕੀ ਛੋਰੇ ਵਾਲੀ ਹੈ ਸਾਡੀ ਚਲੋ ਸਿਖਾਓ ਤਾ ਤਿਲਕੜ ਦਿਨਾ ਆ ਹੁੰਦਾ ਵਾ ਕਾ ਤਿਲਕੜ ਦਿਨਾ ਇਹ ਨਹੀਂ ਮੈਂ ਸਿੱਖਣਾ ਤੂੰ ਕਿਹੜਾ ਸਿੱਖ ਲਿਆ ਔਖਾ ਸਿਖਾਓ ਕਿਹੜਾ ਕਿਹੜਾ ਸੋ ਨਹੀਂ ਦਾ ਜੋਨ ਦਿੱਤਾ ਤਿਕੜਦਾ ਕੇ ਨਹੀਂ ਤਾ ਤਿਕੜਦਾ ਕੇ ਨਹੀਂ ਤਾ ਤਿੜ ਤਿਕੜ ਤਾ ਕੇ ਇੱਕ ਅੱਧਾ ਕਿਤੇ ਕਿਨ ਦਾ ਆਹ ਅੱਲਾਹ ਦੀ ਨਾਲ ਤੇਰੇ ਉਹ ਗਾਇਆ ਤੇ ਸਾਨੂੰ ਵੀ ਨਹੀਂ ਆਂਦਾ ਉਹ ਮੈਨੂੰ ਸਿਖਾਓ ਜੇ ਤਾ ਆ ਉਹ ਪਿਛਣਾ ਨੂੰ ਕਾ ਤੇਲ ਲਾ ਲਾ ਚਲੋ ਅਜੇ ਦੱਸੋ ਅੱਛਾ ਗੱਲ ਇਹ ਕਿ ਕੀ ਸਿੱਖਣਾ ਕੀ ਕਰ ਇਹ ਸਿੱਖਣਾ ਵਾ ਦਾ ਦੂਰ ਦਿੱਤਾ ਤਿਕੜਦਾ ਕੇ ਤੱਕ ਤਿਕੜਦਾ ਕੇ ਨੇ ਤੱਕ ਦਿੜ ਤੱਕ ਤੱਕ ਇੱਕ ਤੱਕ ਦਿੱਤੀ ਕਿਨ ਦਾ ਹਾਂ ਇਹ ਪੁੱਤ ਖਲਾਰੇ ਵਾਲਾ ਬਾਹ ਦਾ ਤੈਨੂੰ ਕੱਲਾ ਧਾਗੂ ਧਾਗੂ ਸਿਖਾਉਂਦੇ ਆ ਇਹਦੇ ਚ ਖਲਾਰਾ ਨਹੀਂ ਲੇਕਿਨ ਤੈਨੂੰ ਚੱਸ ਪੂਰੀ ਆਉਣੀ ਆ
ਇਹ ਦੱਸੋ ਜਨਾਬ ਕੋਈ ਫੀਮੇਲ ਇੱਥੇ ਕੋਈ ਨਹੀਂ ਪੈਸੇ ਬੜੇ ਫੀਮੇਲ ਹੈ ਪੁੱਤਰ 26000 ਰੁਪਇਆ ਦੇ ਦੇ ਫੀਮੇਲ ਵੀ ਆ ਜਾਣੀ ਹੈ ਤੈਨੂੰ ਆ ਹੁਣੇ ਤੈਨੂੰ ਕੋਈ ਗਾਣਾ ਸਿਖਾ ਦੇਗਾ ਫੀਮੇਲ ਦੇ ਨਾਲ ਤੂੰ ਰਿਕਾਰਡਿੰਗ ਕਰਾਉਣੀ ਆ ਆਹੋ ਆਪਣੀ ਬੱਚੀ ਬੁਲਾ ਮੈਂ ਡਿਊਟ ਗਾਣਾ ਕਪਲ ਗਾਣਾ ਗਾਣਾ ਚਾਹੁੰਦਾ ਹਾਂ ਪੁੱਤਰ ਉਹਦੇ ਵਾਸਤੇ ਫੀਮੇਲ ਹੋਣਾ ਜ਼ਰੂਰੀ ਆ ਆਹੋ ਅਸੀਂ ਤੈਨੂੰ ਫੀਮੇਲ ਹਾਇਰ ਕਰ ਦਿੰਦੇ ਆ ਉਹਦੇ ਵਾਸਤੇ ਪੁੱਤਰ ਫੀਸ ਆ ਜਿਹੜੀ ਤੈਨੂੰ ਦੇਣੀ ਪੈਣੀ ਉਹਦੀ ਕਿੰਨੀ ਫੀਸ ਆ ਜੀ ਉਹਦੀ ਫੀਸ ਪੁੱਤਰ ਤੂੰ 26000 ਸਾਨੂੰ ਦੇ ਦੇਵੇਂ ਨਾ ਅਗਲੀਆਂ ਫੀਸਾਂ ਬਾਅਦ ਚ ਦੇਖਾਂਗੇ ਮੈਂ ਆਜ਼ਾਦ ਹੋਣਾ ਚਾਹੁੰਦਾ ਬੱਚੀ ਕੈਸੀ ਹੈ ਬੱਚੀ ਪੁੱਤਰ ਤੈਨੂੰ ਤੂੰ ਆਪਣੀਆਂ ਧੀਆਂ ਭੈਣਾਂ ਭੁੱਲ ਜਾਏਗਾ ਬਹੁਤ ਆਲਾ ਬਹੁਤ ਆਲਾ ਅੱਛਾ ਜੀ ਕਰਾਉਣੇ ਆਉਂਦੀ ਨਹੀਂ ਨਹੀਂ ਸਾਲੀਆਂ ਮੇਰੀਆਂ ਤੇ ਸਾਰੀਆਂ ਮਿਸਰ ਆ ਆਹਾ ਮਿਸਰ ਇਲਾਜ ਕਰਾਉਣ ਗਈਆਂ ਜੀ ਹਾਂ ਉਹਨਾਂ ਨੂੰ ਕੈਂਸਰ ਬਹੁਤ ਬੁਰੀ ਜਗ੍ਹਾ ਤੇ ਹੋਇਆ ਆ ਮੇਰੇ ਮਰਾਸੀਆ ਦੁਕਾਨ ਓਏ ਅੰਦਰ ਚਲਾ ਗਿਆ ਉਹ ਅੰਦਰ ਚਲਾ ਗਿਆ ਹਾਂ ਬੜੀ ਗੱਲ ਆ ਤੈਨੂੰ ਪਤਾ ਨਹੀਂ ਲੱਗਿਆ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਕੌਣ ਜੀ ਇੱਧਰ ਮੇਰੇ ਨਾਲ ਕਾਕਾ ਬੜੀ ਮੁਸ਼ਕਲ ਸਾਡਾ ਐਡਰੈਸ ਲੱਭਾ ਗਿਆ ਲੱਭੇ ਨਹੀਂ ਰਿਹਾ ਸੀ ਰਕਸ਼ੀਆ ਨੂੰ 200 ਦਿੱਤਾ ਮੈਂ ਕਿਹਾ ਕੰਜਰਾਂ ਦੇ ਘਰ ਜਾਣਾ ਇੱਥੇ ਲਾ ਗਿਆ ਹਾਂ ਤੇ ਕਾਦਰਾਬਾਦ ਰਹਿੰਦਾ ਵਾ ਉਹ ਭਾਈ ਅੱਜ ਕੰਜਰ ਕੁੰਜਰ ਕੋਈ ਨਹੀਂ ਮਰਾਸੀ ਵਾਲ ਬੰਦਾ ਰਹਿੰਦੇ ਆ ਖਲੋਤੇ ਆ ਦੇਖੋ ਜੀ ਲੇਕਿਨ ਭਲੇ ਦਾ ਜ਼ਮਾਨਾ ਹੀ ਕੋਈ ਨਹੀਂ ਉਹ ਭਲੇ ਦਾ ਭਾਜੀ ਜ਼ਮਾਨਾ ਕੋਈ ਨਹੀਂ ਯਕੀਨ ਕਰੋ ਭਲੇ ਦਾ ਜ਼ਮਾਨਾ ਵੀ ਆ ਸਾਰੇ ਉਹ ਵੀ ਭਲੇ ਦਾ ਜ਼ਮਾਨਾ ਹੀ ਕੋਈ ਨਹੀਂ ਨਾ ਨਾ ਭਾਜੀ ਆਏ ਤੇ ਭਾਜੀ ਆਏ ਤੇ ਭਾਜੀ ਮੈਂ ਯਕੀਨ ਕਰੋ ਬੜੀ ਜਗ੍ਹਾ ਨੂੰ ਗਿਆ ਭਲੇ ਦਾ ਜ਼ਮਾਨਾ ਆਇਆ ਹੀ ਨਹੀਂ ਲੇਕਿਨ ਕੋਈ ਨਹੀਂ ਭਲੇ ਦਾ ਜ਼ਮਾਨਾ ਹੀ ਕੋਈ ਨਹੀਂ ਚਾਰ ਮੁੰਡੇ ਇੱਕ ਕੁੜੀ ਨੂੰ ਛੇੜ ਰਹੇ ਸੀ ਅੱਛਾ ਅੱਗੇ ਉਹਦਾ ਭਰਾ ਕਹਿੰਦਾ ਅੱਛਾ ਉਹ ਕੁੜੀ ਨੂੰ ਚੁੱਕ ਕੇ ਕਮਰੇ ਵਿੱਚ ਲਾ ਗਏ ਫਿਰ ਅੱਗੇ ਉਹਦਾ ਭਰਾ ਕਹਿੰਦਾ ਫਿਰ ਕਮਰੇ ਦੇ ਲਾਲੀ ਕੁੰਡੀ ਬਾਹਰ ਨਿਕਲੇ ਚੀਕਾ ਅੱਛਾ ਅੱਗੇ ਉਹਦਾ ਭਰਾ ਚੁੱਪ ਓਏ ਖਤ ਲੈ ਕੇ ਆਇਆ ਮੇਰਾ ਮੁੰਡੇ ਦਾ ਦੇਖੋ ਡਾਕੀ ਆਇਆ ਖਤ ਲੈ ਕੇ ਆਇਆ ਜਨਾਬ ਤੁਹਾਡੇ ਲਈ ਮੇਰਾ ਭਤੀਜੇ ਦਾ ਖਾਤਾ ਆ ਗਿਆ ਯਾਰ ਮੇਰੇ ਭਤੀਜੇ ਦਾ ਖਾਤਾ ਆਇਆ ਹਾਂਜੀ ਮੈਂ ਸਮਝਿਆ ਕਿ ਕਿਆ ਚਲਾ ਮਤਲਬ ਕਦੇ ਸਕੂਲ ਗਏ ਨਾ ਪਤਾ ਹੋਵੇ ਨਾ ਤਲੀਮ ਕੀ ਚੀਜ਼ ਆ ਉਹ ਪਤਾ ਨਹੀਂ ਭਾਜੀ ਜਾਂਦਾ ਵੀ ਰਹੇ ਪਰ ਤਲੀਮ ਦਾ ਨਹੀਂ ਪਤਾ ਲੱਗਾ ਕੀ ਲਿਖਿਆ ਵਾ ਪਤਾ ਹੀ ਨਹੀਂ ਕੀ ਲਿਖਿਆ ਕੀ ਲਿਖਿਆ ਆ ਵੈਸੇ ਕੀ ਲਿਖਿਆ ਜੀ ਇੱਕ ਮਿੰਟ ਬਾਹਰ ਜਾਣਾ ਵਾ ਹਾਂਜੀ ਹਾਂਜੀ ਤੇ ਚੱਲ ਦਫਾ ਹੋ ਗਿਆ ਸਾਰੇ ਯਾਰ ਤੂੰ ਪੜਿਆ ਲਿਖਿਆ ਯਾਰ ਲੋ ਜੀ ਜੱਤੇ ਖੁਸ਼ੀਆਂ ਮਨਾਓ ਚੱਲ ਕੁਝ ਸੁਣਾ ਕੇ ਸੁਣਾ ਮਨਾ ਰਹੀ ਆ ਉਹ ਸੁਣਾ ਫਿਰ ਹਾਂ ਜੀ ਇਹ ਤੁਹਾਡੇ ਪੁੱਤਰ ਦਾ ਪਬਲਾ ਖਾਤਾ ਆ ਮੇਰੇ ਪੁੱਤਰ ਦਾ ਪੁੱਤਰ ਮੇਰਾ ਦੇਖੋ ਹਾਲਾਤ ਬਦਲ ਜਾਣੇ ਅੱਗੇ ਲਿਖਿਆ ਜੀ ਆਪਣਾ ਸਲਾਮ ਵਾਲੇਕਮ ਅੱਬਾ ਜੀ ਭਰਾ ਮੇਰਿਆ ਮੁੰਡੇ ਨੇ ਤਿੰਨ ਵਾਰੀ ਸਲਾਮ ਕਹਿਤਾ ਮੁੰਡਾ ਆਪਣਾ ਨਹੀਂ ਹੈ ਆਪਣਿਆਂ ਨੂੰ ਇੰਨੀ ਤਮੀਜ਼ ਨਹੀਂ ਹੁੰਦੀ ਭਰਾ ਮੇਰਿਆ ਸ਼ਾਇਦ ਉਹਨੇ ਉੱਥੇ ਜਾ ਕੇ ਸਲਾਮ ਕਬੂਲ ਕਰ ਲਿਆ ਹੋਵੇ ਲੈ ਪੁੱਤ ਫਿਰ ਤੈਨੂੰ ਵੀ ਨਾਲ ਕਰਾਉਂਦਾ ਅਸੀਂ ਤੇ ਪਹਿਲਾਂ ਮੁੰਡਾ ਸਲਾਮ ਕਬੂਲ ਚਾਚਾ ਜੀ ਧੋਣੇ ਧੁੱਪ ਗਏ ਅੱਛਾ ਓਏ ਉਹਨੇ ਲਿਖਿਆ ਵਾ ਕੀ ਉਹਨੇ ਲਿਖਿਆ ਕਿ ਅੱਬਾ ਜੀ ਤੇ ਚਾਚਾ ਜੀ ਹਾਂਜੀ ਹਾਂਜੀ ਬਿਲਕੁਲ ਬੇਫਿਕਰ ਹੋ ਨਹੀਂ ਬੇਫਿਕਰ ਕਿਦਾਂ ਹੋ ਜੇ ਪਰੇ 26000 ਰੁਪਏ ਲਾਇਆ ਘਰ ਤੇ ਜਾ ਹੋਇਆ ਕੀ ਆ ਹੋਇਆ ਕਿ ਬੇਫਿਕਰ ਹੋਇਆ ਮੈਂ ਇੰਨੀ ਕੁ ਮਿਹਨਤ ਕਰ ਰਿਹਾ ਵਾਂ ਉਹ ਤੁਹਾਡਾ ਪੁੱਤਰ ਅਨਵਰ ਕਹਿੰਦਾ ਕਿ ਇੱਕ ਦਿਨ ਜ਼ਰੂਰ ਆਏਗਾ ਕਿ ਮੈਂ ਵੱਡਾ ਸਾਰਾ ਗੁਰੂਕਾਰ ਬਣ ਕੇ ਆਵਾਂਗਾ ਪੈਸਿਆਂ ਨੂੰ ਕੀ ਕਹਿੰਦਾ ਪੈਸਿਆਂ ਨੂੰ ਕਿਹਾ ਜਦੋਂ ਮੈਂ ਗੁਰੂਕਾਰ ਬਣ ਗਿਆ ਤੇ ਪੈਸੇ ਹੀ ਪੈਸੇ ਆ ਤੇ ਬਿਲਕੁਲ ਬੇਫਿਕਰ ਹੀ ਹੋ ਸਲਾਮ ਵਾਲੇਕਮ ਅੱਬਾ ਜੀ ਇਹ ਖਾਤੇ ਵਿੱਚ ਨਾ ਮੁੰਡੇ ਦਾ ਪਤਾ ਕੱਢ ਲਓ ਇਹਦੇ ਵਿੱਚ ਬਿੱਲ ਪਾ ਕੇ ਭੇਜ ਦਿਓ ਇਹਨੂੰ ਵਾਪਸ ਤੁਸੀਂ ਸੁਪਨੇ ਹੁੰਦੇ ਹੋ ਨਾ ਹਾਂਜੀ ਹਾਂਜੀ ਤੇ ਮੈਂ ਤੁਹਾਨੂੰ ਚੋਰੀ ਚੋਰੀ ਵੇਖਨੀ ਆ ਓਏ
ਵਾਲੇ ਤੁਸੀਂ ਮੈਨੂੰ ਸੁੱਤੇ ਨੂੰ ਦੇਖਦੇ ਹੋ? ਹਾਂਜੀ। ਮੈਂ ਤਾਂ ਸੁੱਤਾ ਬਿਲਕੁਲ ਦੇਖਣ ਵਾਲਾ ਨਹੀਂ ਹੁੰਦਾ ਜੀ। ਮੇਰੇ ਤਾਂ ਮੈਨੂੰ ਬੱਚੇ ਨਹੀਂ ਜਗਾਉਣ ਜਾਂਦੇ ਜੀ। ਕੋਸੇ ਚ ਪੁੱਠਾ ਸੌਂਦਾ ਵਾਲਾ ਥੱਲੇ ਇਹ ਹੁੰਦਾ ਨਾ। ਹਾਂ ਇਹ ਤਾਂ ਮੁੰਡਾ ਏਦਾਂ ਗੁੰਮ ਹੋ ਜਾਂਦਾ ਕਿ ਪਤਾ ਵੀ ਨਹੀਂ ਲੱਗਦਾ ਥੱਲੇ ਪੁੱਛਿਆ ਹੈ। ਉਹ ਠੰਡ ਜਾ ਹੁੰਦੀ ਆ ਫਿਰ ਤੈਨੂੰ ਪਤਾ ਗੱਠੇ ਮੁੱਠੀ ਹੋ ਕੇ ਸੋਈ ਦਾ। ਤੁਸੀਂ ਕਿੱਧਰ ਆਏ? ਮੈਨੂੰ ਤੁਹਾਡਾ ਨੱਕ ਵੀ ਬੜਾ ਸੋਹਣਾ ਲੱਗਦਾ ਹੈ। ਉਹ ਫਿਰ ਮੈਂ ਅੰਨੀ ਜਾਂ ਛਿੱਟਾਂ ਨਾ ਪਾ ਲਈ ਉੱਤੇ। ਜੇ ਛਿੱਟਿਆਂ ਦਾ ਐਡਾ ਫਿਕਰ ਆ ਉੱਤੇ ਭਗਾਣਾ ਚੜਾ ਰੱਖਿਆ। ਨਹੀਂ ਯਾਰ ਤੁਸੀਂ ਜਿਹੜੇ ਨਾਲ ਦੇ ਪਾਸੇ ਨਵੇਂ ਕਿਰਾਏਦਾਰ ਆਏ ਤੁਸੀਂ ਉਹ? ਹਾਂਜੀ ਹਾਂਜੀ। ਅੱਛਾ ਅੱਛਾ ਮੈਂ ਵੀ ਤੁਹਾਨੂੰ ਇਹ ਕੋਠੇ ਦੇ ਉੱਤੇ ਚੜ ਕੇ ਦੇਖਦਾ ਹੁੰਦਾ, ਚਾਂਦਾ ਹੁੰਦਾ ਤੁਹਾਨੂੰ। ਅੱਛਾ ਸ਼ਰਮ ਆਉਂਦੀ ਆ? ਹਾਂ ਥੋੜੀ। ਤੁਹਾਡਾ ਭਲਾ ਭਾਈ ਜੀ, ਤੁਹਾਡੀ ਸ਼ਰਮ ਵੀ ਆਉਂਦੀ ਆ। ਤੇ ਉਹ ਮੈਨੂੰ ਇਹ ਦੱਸੋ ਹਾਂਜੀ, ਕਿਹੜੀ ਐਸੀ ਸ਼ਾਇ ਜਿਹਨੇ ਤੁਹਾਨੂੰ ਇਸ ਕੰਮ ਵਾਲੇ ਪਾਸੇ ਨੂੰ ਲਿਆ ਆਂਦਾ? ਚੰਗੇ ਭਲੇ ਤੁਸੀਂ ਦਸਤਾਨਾ ਫੈਕਟਰੀ 'ਚ ਕੰਮ ਕਰਦੇ ਸੀ। ਦਸਤਾਨੇ ਜੀ? ਦਸਤਾਨੇ ਕਿਹੜੇ ਬਣਾਉਂਦੀ? ਇੱਕ ਉਂਗਲ ਵਾਲੇ। ਤੁਹਾਨੂੰ ਮੁਸੀਕੀ ਦਾ ਸ਼ੌਕ ਆ? ਅਸੀਂ ਦਰਅਸਲ ਸਿੰਗਰ ਹੈ। ਅੱਛਾ। ਹਾਂਜੀ ਆਵਾਜ਼ਾਂ ਜਿਹੜਾ ਨਾ ਇਹਦੇ ਨਾਲ ਅਸੀਂ ਰਾਹ ਨਹੀਂ ਬਣਾਈ ਦੀ, ਇਹਦੇ ਨਾਲ ਗਾਣੇ ਗੁਣੇ ਗਾਈ ਦੀ। ਚਲੋ ਮੈਨੂੰ ਸਿਖਾ ਦਿਓ ਤੁਹਾਨੂੰ। ਹਾਂਜੀ। ਇਹਦੇ ਵਾਸਤੇ ਨਾ ਅਸੀਂ ਬਸ ਪੈਸੇ ਬਹੁਤ ਰੱਖ ਬੈਠੇ ਹਾਂ, ਸਿਖਾ ਤਾਂ ਦੇਣਾ ਸੀ। ਐਵੀਂ 10 ਕਿਲੋ ਮਠਿਆਈ ਹੈ, 2 ਕੋਸਕੀ ਦੇ ਸੂਟ ਆ, 26,000 ਰੁਪਇਆ ਬਿੱਲ ਵਾ। ਤੁਸੀਂ ਗਾਣਾ ਕਿਹੜਾ ਗਾਣਾ ਜੀ? ਸਮਾਨ ਰਹਿਣ ਦਿਓ ਸਰ, ਬਿੱਲ ਭਰਾ ਦਿਓ। ਕਿਹੜਾ? ਸਰੈਕੀ। ਸਰੈਕੀ ਰਹਿਣ ਦਿਓ। ਕਿਉਂ? ਤੁਸੀਂ ਗਾਣਾ ਉਹ ਗਾਓ ਆਪਣਾ, ਹਾਏ ਨਾ ਦਿੰਦੀ ਸਲਾਮ ਮਸ਼ਵਰਾ ਨਾ ਦਿੰਦੀ। ਇਹ ਗਾਣਾ ਨਹੀਂ ਕਾਕੇ, ਇਹ ਦਾਵਤ ਆ। ਨਾ ਦਿੰਦੀ ਕਿਉਂ ਨਾ ਦਿੰਦੀ? ਜੋ ਗਈ ਜੋ ਆ ਇਹ ਗਾਣਾ ਗਾਇਆ ਕਰੋ। ਇਹਦੇ ਗਾਣੇ ਮੈਂ ਕਹਿੰਦਾ ਬਹੁਤ ਕੁੜੀਆਂ ਗਾਉਂਦੀਆਂ ਵਾ। ਅੱਛਾ। ਮੈਂ ਕਹਿੰਦਾ ਉਸਤਾਦ ਦੀ ਜਿਹੜੀ ਬੁੱਢੀ ਉਹ ਵੀ ਗਾਉਂਦੀ ਆ। ਹਾਂ ਬਹੁਤ ਅੱਛਾ ਗਾਉਂਦੀ ਆ। ਉਹ ਚੌਂਕ 'ਚ ਖਲੋ ਕੇ ਗਾਉਂਦੀ ਆ। ਕਿਹੜਾ ਕਿਹੜਾ ਹੋਇਆ? ਮੈਂ ਲਗਨ ਲਗੀ ਰਮ ਪਮ ਪਮ ਲਗਨ। ਦੂਜੀ ਲਗਨ ਕੋਈ ਆਪਣੇ ਕੋਲੋਂ ਪਾਈ ਸਿਖਾਓ ਸੁਣਾਓ ਸਾਨੂੰ। ਮੈਨੂੰ ਨਹੀਂ ਗਾਉਣ ਦੇ ਸੀ। ਕਿਹੜਾ ਕਿਹੜਾ ਆਪਣੀ 2-3 ਭੈਣਾਂ ਦਾਣੇ ਲਿਆ ਕੇ ਰੱਖਦੇ ਉੱਤੇ ਛੱਲੀ ਦੇ। ਕਹਿੰਦਾ ਥੱਲੇ ਵੀ ਤੇ ਦਾਣਾ ਤੇ ਉੱਤੇ ਵੀ ਤੇ ਦਾਣਾ, ਏਦਾਂ ਐ ਨੇ ਦਾਣੇ ਦੇ ਦਾਣਾ। ਤੁਹਾਨੂੰ ਕਿਹੜਾ ਪਸੰਦ ਹੈ? ਇਹਨਾਂ ਨੂੰ ਨਾਰਮਲ ਜਿਹਾ ਪਸੰਦ ਹੋਣਾ ਵਾ। ਉਹ ਫਿਰ ਮੇਰੇ ਵਾਲਾ ਹੀ ਆ। ਆਹੋ ਮੇਰੇ ਕੋਲ ਨਾਰਮਲ ਗਾਣਾ ਵਾ, ਇਧਰ ਤੇ ਕਲਾਸੀ ਗੱਲ। ਮੈਂ ਪੱਕਾ ਪੱਕਾ ਰਾਗ। ਹਾਂਜੀ। ਅੱਛਾ ਉਹਦੇ ਵਾਸਤੇ ਤੁਸੀਂ ਇੱਕ ਗੱਲ ਸੁਣੋ ਕਿ ਹੁਣ ਇੱਥੇ ਤੁਸੀਂ ਆਏ ਕੋ, ਅਸੀਂ ਤੁਹਾਡੇ ਨਾਲ ਪਿਆਰ ਮੁਹੱਬਤ ਇਸ਼ਕ ਕਰਦੇ ਹਾਂ। ਹਾਂਜੀ। ਉਹਦਾ ਹੁਣ ਇਹਦੇ ਵਾਸਤੇ ਤੁਹਾਨੂੰ ਪਤਾ ਵੀ ਡਾਂਸ ਜਿਹੜਾ ਕਰਨਾ ਬਹੁਤ ਜ਼ਰੂਰੀ ਆ। ਹਾਂਜੀ। ਡਾਂਸ ਪਰ ਹਾਕਾ ਕਰਵਾਉਣ ਵਾਲੇ ਜਿਹੜੇ ਉਹਨਾਂ ਦੀ ਕੋਈ ਪਰੇਸ਼ਾਨੀ ਆ ਤੇ ਦੇਖਣ ਵਾਲਿਆਂ ਦੀ ਮਜਬੂਰੀ ਆ, ਕਿਉਂਕਿ ਘਰੋਂ ਜ਼ਹਿਨ ਬਣਾ ਕੇ ਆਏ ਆ। ਹਾਂਜੀ। ਔਰ ਇਹਨਾਂ ਵਾਸਤੇ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਣਾ। ਹਾਂ ਡਾਂਸ ਜ਼ਰੂਰੀ ਹੈ ਇੱਥੇ, ਜਿਹੜੀ ਵੀ ਔਰਤ ਆਈ ਆ ਉਹਨੂੰ ਨੱਚਣਾ ਹੀ ਪਿਆ। ਆ ਇਹਦੀ ਅੰਮੀ ਰੋਟੀ ਦੇਣਾ ਸੀ, 2 ਗਾਣੇ ਕਰਕੇ ਗਈ ਹੈ। ਬੱਚਿਆ ਗਾਣਾ ਜ਼ਰੂਰੀ ਆ, ਇੱਥੇ ਜਿਹੜੀ ਵੀ ਖਵਾਤੀਨ ਆਈ ਆ ਉਹਨੂੰ ਡਾਂਸ ਕਰਨਾ ਪਿਆ ਵਾ, ਭਾਵੇਂ ਡਾਕਟਰ ਦਾ ਭਾਵੇਂ ਕੋਈ ਹੋਈ। ₹40 ਲਾਂਗੇ ਆ ਤਾਂ ਗੋਡਵਾਂ ਰਕਸ਼ਾ ਲੈ ਕੇ ਆਇਆ। ਇਹ ਤੇ ਪੈਟਰੋਲ ਤੇ ਲੱਗਦਾ ਬੜੀ ਸਪੀਡ ਨਾਲ ਪੁੱਲ ਚੜਨ ਡਿਆ ਹੋਵੇ। ਪਰ ਅਕਸ਼ੇ ਉਹ ਤੇਰੀ ਬੁੱਢੀ ਚਿੰਗ ਜੀ। ਦੇਖੋ ਜੀ ਰਕਸ਼ੇ ਨਾਲ ਚਿੰਗ ਜੀ ਸਹੀ ਹੈ, ਇੱਕ 3 ਅੱਗੋਂ ਦੀ ਵੜ ਜਾਂਦੇ 3 ਪਿੱਛੋਂ ਦੀ।
ਸੱਤਵਾਂ ਜਿਹੜਾ ਟੈਂਕੀ ਤੇ ਇਹ ਦੂਜੇ ਰਕਸ਼ੇ ਤੇ ਚੌਥੀ ਸਵਾਰੀ ਤੰਗ ਕਰਦੀ ਹੈ। ਸ਼ੁਰੂ ਕਰ ਲਈਏ ਜੀ ਮਾਰ ਕੇ, ਕਿਉਂਕਿ ਹੁਣ ਕੰਮ ਸਾਡਾ ਇਕੱਲਿਆਂ ਦਾ ਰਹਿ ਨਹੀਂ ਗਿਆ। ਇਹ ਪਤਾ ਲੱਗ ਜਾਂਦਾ ਵੀ ਕੰਜਰ ਕਿੱਥੇ ਕਿੱਥੇ ਬੈਠਾ। ਅੱਛਾ ਵੀ ਜਿਹੜਾ ਕੰਜਰ ਉਹ ਕਹਿੰਦਾ ਸਾਫਾ ਪਾ ਕੇ ਬਸ ਸਹੀ ਹੈ। ਐਨਕ ਸਾਲੇ ਨੇ ਐਂ ਲਾਈ ਆ ਜਿਵੇਂ ਕੰਧ ਤੇ ਰਕਸ਼ਾ ਚਲਾਉਂਦਾ। ਮਾਮਾ ਕਲੱਚ ਫੜ ਕੇ ਗਿਆ ਗਿਆ ਹੀ ਕਰਨਾ ਤੂੰ। ਮੈਂ ਹਜ਼ੂਰ ਆਇਆ ਬੜਾ ਤੁਹਾਡਾ ਨਾਂ ਸੁਣ ਕੇ। ਇਹ ਤੁਹਾਡੀ ਬੇਵਕੂਫੀ ਆ ਜੀ, ਤੁਸੀਂ ਕਿਸੇ ਦੀ ਗੱਲ ਸੁਣ ਕੇ ਤੁਰ ਪਏ। ਤੁਸੀਂ ਉੱਥੇ ਦੇਖ ਤਾਂ ਲਓ ਵੀ ਮੈਂ ਜਿੱਥੇ ਕੋਈ ਜਾਣਾ ਉਹ ਬੰਦਾ ਇਸ ਕਾਬਲ ਹੈ ਵੀ ਆ ਕਿ ਨਹੀਂ। ਬੜਾ ਨਾਂ ਸੁਣਿਆ ਹਜ਼ੂਰ ਤੁਹਾਡਾ। ਇਹ ਬੇਵਕੂਫੀ ਮੈਂ ਤੁਹਾਨੂੰ ਦੱਸਿਆ ਨਾ ਤੁਹਾਡੀ, ਕੀ ਨਾਂ ਸੁਣਿਆ? ਅਸੀਂ ਰਲ ਕੇ ਸਲਾਹ ਲਾਈ ਆ। ਹਾਂਜੀ ਵੀ ਅਸੀਂ ਇਹਨਾਂ ਭੋਲੇ ਕੰਜਰ ਕੋਲ ਜਾਣਾ ਆ। ਅੱਛਾ ਅੱਛਾ ਅੱਛਾ, ਭੋਲੇ ਕੰਜਰ ਕੋਲ ਜਾਣਾ? ਹਾਂਜੀ ਹਾਂਜੀ। ਤੁਸੀਂ ਰਕਸ਼ਾ ਕੱਢੋ, ਤੁਹਾਨੂੰ ਮੈਂ ਛੱਡ ਕੇ ਆਵਾਂ ਉਹ ਕੋਲ। ਉਹਨਾਂ ਰੈਕ ਦੀ ਸ਼ਹੀਦ ਹੋ ਜਾਣਾ। ਇਹ ਤੁਸੀਂ ਆਏ ਕਿੱਧਰ ਹੋ ਜੀ? ਉਹਨਾਂ ਨੂੰ ਇਹ ਪੁੱਛ ਵੀ ਜਾਣਾ ਕਿੱਧਰ ਆ। ਹਾਂਜੀ ਮੈਂ ਚਾਹੁੰਦਾ ਜੀ ਕਿ ਬੱਚੀ ਜਿਹੜੀ ਹੈ ਨਾ, ਹਾਂਜੀ ਹਾਂਜੀ, ਇਰਮਾ ਉੱਤੇ ਦੇਖਣਾ ਚਾਹੁੰਦਾ ਹੈ। ਜੇ ਤਾਂ ਤੁਸੀਂ ਕੋਈ ਮੁਲਕ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਤੇ ਬੱਚੀ ਉੱਤੇ ਨਾ ਦੇਖੋ, ਬੱਚੀ ਥੱਲੇ ਦੇਖੋ। ਨਹੀਂ ਤੁਸੀਂ ਬੱਚੀ ਉੱਤੇ ਦੇਖਣਾ ਚਾਹੁੰਦੇ ਹੋ ਜਾਂ ਉਹਦੀਆਂ ਲੱਤਾਂ? ਕਿਉਂਕਿ ਮੁਲਕ ਦੇ ਹਾਲਾਤ ਠੀਕ ਨਹੀਂ ਹੈਗੇ। ਹਾਂਜੀ ਹਾਂਜੀ ਬਿਲਕੁਲ, ਬਹੁਤ ਪਰੇਸ਼ਾਨ, ਕਾਰੋਬਾਰ ਬੰਦ ਹੋ ਗਏ ਆ। ਹਾਂਜੀ ਹਾਂਜੀ ਮੈਂ ਸੋਚਿਆ ਵੀ ਬੱਚੀ ਨੂੰ ਉਹਨਾਂ ਕੰਜਰਾਂ ਵੱਲ ਦਾਖਲ ਕਰਵਾ ਦਈਏ, ਠੀਕ ਹੈ ਕਿ ਨਹੀਂ? ਕੰਜਰ ਉਹਨੂੰ ਕੰਮ ਸਿਖਾਉਣਗੇ, ਚਲੋ ਕੋਈ ਪੈਸੇ ਕੰਜਰਾਂ ਨੂੰ ਵੀ ਦੇ ਦਿਆ ਕਰਾਂਗੇ, ਬਾਕੀ ਆਪ ਰੱਖ ਲਿਆ ਕਰਾਂਗੇ। ਤੁਸੀਂ ਵੀ ਕਿਤੇ ਬੱਚੀ ਨੂੰ ਹੋਰ ਲੈ ਜਾਓ ਜਨਾਬ, ਇੱਥੇ ਕੰਜਰ ਕੋਈ ਨਹੀਂ, ਇੱਥੇ ਮਰਾਸੀ ਆ। ਉਹ ਤੇਰਾ ਨਾਂ ਆ ਕੁੱਦਾ ਕੰਜਰ, ਕੰਜਰਾ ਤੇਰਾ ਨਾਂ ਆ। ਆ ਜਿੱਦਾਂ ਤੁਸੀਂ ਕਹਿਣ ਡਿਆ ਨਾ, ਅੱਲਾ ਦੀ ਕਸਮ ਮੈਂ ਲੱਗਣ ਲੱਗ ਗਿਆ। ਹੋਰ ਸਾਰਿਆਂ ਕੋਈ ਟੈਪ ਕਰਦਾ ਤੂੰ ਇੱਥੇ? ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਕੰਜਰਾਂ ਨੂੰ ਮਿਲਣ ਲੱਗ ਗਏ, ਤੁਸੀਂ ਕਿੱਡੇ ਵੱਡੇ ਕੰਜਰ ਹੋਵੋਗੇ? ਅਸੀਂ ਤਾਂ ਹਜੇ ਦਰਖਾਸਤ ਦੇਣੀ ਆ। ਤੁਹਾਡੀ ਕਾਮਯਾਬ, ਤੁਸੀਂ ਹਿੱਟ ਹੋ ਜਾਓ, ਤੁਸੀਂ ਜਾ ਕੇ ਆਪਣਾ ਕੰਮ ਸ਼ੁਰੂ ਕਰੋ। ਤੁਸੀਂ ਦਰਖਾਸਤਾਂ ਤਾਂ ਉਹ ਦਿਓ ਨਾ ਜਿਹਨੂੰ ਕੋਈ ਕੰਮ ਆਉਂਦਾ ਨਾ ਹੋਵੇ। ਦੇਖੋ ਬੇਟੈਮੀ ਭੈਣ ਨਾ ਦਵੋ, ਬੱਚੀ ਦੀ ਉਮਰ 18 ਸਾਲ ਤੁਹਾਡੀ ਦੀ, ਬੱਲੇ ਬੱਲੇ, ਇਹ ਹਨ ਟੱਚ 0 ਮੀਟਰ ਆ। ਇਹ ਕਦੋਂ ਦੀ ਗੱਲ ਆ ਜੀ? ਆ ਉਦੋਂ ਇਹਦੀ ਭੈਣ ਦਾ ਛਿਲਾ ਕਰਾਉਣ ਗਿਆ ਸੀ, ਇੱਥੇ ਲਗਾਤਾਰ ਫਿੱਟੇ ਮੂੰਹ ਆ। ਮੈਂ ਸੋਚਿਆ ਇੱਕ ਬੱਚੀ ਨੂੰ ਲੈ ਕੇ ਆਈਏ ਇਸ ਫੀਲਡ ਦੇ ਵਿੱਚ, 18 ਸਾਲ ਬੱਚੀ ਨੂੰ ਪਾਲਿਆ ਆਪ। ਹੁਣ ਮੈਂ ਚਾਹੁੰਦਾ ਬਹਿ ਕੇ ਖਾਵਾਂ ਤੇ ਬੱਚੀ ਕੰਮ ਕਰੇ। ਜੇ ਬਹਿ ਕੇ ਖਾਣਾ ਚਾਹੁੰਦੇ ਹੋ ਤਾਂ ਲੱਤਾਂ ਵਢਾ ਦਿਓ। ਉਹ ਛੜੋਲ ਗੱਲ ਸਮਝ ਲਿਆ ਕਰ। ਦੇਖੋ ਜੀ ਜੇ ਮੈਂ ਛੜੋਲਾਂ ਤੇ ਤੁਸੀਂ ਮੈਨੂੰ ਮਿਲਣ ਆਇਆ, ਤੁਸੀਂ ਵੀ ਤਾਂ ਛੜੋਲੀ ਹੋਏ। ਇਹਦਾ ਮਤਲਬ ਆ ਵੀ ਛੜੋਲਾਂ ਦੇ ਛੜੋਲ ਪੁਰਾਣੇ, ਗੱਲ ਸੱਚੀ ਹੋ ਗਈ। ਸਾਨੂੰ ਕੀ ਸਾਡਾ ਛੜੋਲ ਜਾਣੇ ਸਰਗੋ ਤਾਂ ਕਿੰਨੇ ਮੀਲ? ਤੁਸੀਂ ਤਾਂ ਛੜੋਲ ਮੂੰਹ 'ਚ ਹੀ ਲੈ ਲਿਆ। ਤੁਹਾਡਾ ਛੜੋਲ ਬੜਾ ਬੇਸਣ ਵਾਲਾ ਵਾ। ਤੇਰੀ ਗੱਲ ਸਮਝ ਨਹੀਂ ਆਉਂਦੀ, ਇਹ ਪਿੰਡ ਦਾ ਨਾਂ ਆ ਛੜੋਲ। ਅੱਛਾ ਛੜੋਲਪੁਰੋਂ ਆਏ ਹੋ ਤੁਸੀਂ? ਹਾਂ ਇਹ ਮੋਦੀ ਨੇ ਮੋਦੀ। ਹਾਂਜੀ ਹਾਂਜੀ, ਉਹਦੇ ਨਾਨਕਿਆਂ ਦਾ ਪਿੰਡ ਆ ਇਹ ਛੜੋਲ ਵਾਲਾ। ਹਾਂ ਤੂੰ ਇਹਦੀ ਭੈਣ ਨੂੰ, ਆਪ ਹੀ ਗੰਦਾ ਤੇ ਕੋ ਪਿੰਡ ਵੀ ਗੰਦਾ। ਹੁਣ ਬੱਚੀ ਜਿਹੜੀ ਹੈ ਨਾ, ਉਹਨੂੰ ਮੈਂ ਤਰੱਕੀ ਕਰਾਉਣਾ ਚਾਹੁੰਦਾ ਆ ਕਿ ਵੀ ਮੈਂ ਨਾ ਸਕੂਨ 'ਚ ਹੋ ਜਾਵਾਂ। ਅੱਛਾ 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 ਅੱਛਾ, ਤੂੰ ਬੇਫਿਕਰ ਹੋ ਜਾਓ, ਬੱਚੀ ਤੁਹਾਡੀ ਕਿੱਥੇ ਆ ਇਸ ਟਾਈਮ? ਬੱਚੀ ਨਾਲ ਆ। ਬੱਲੇ ਬੱਲੇ ਬੁਲਾ ਲਓ ਮੱਲਾ, ਬੱਚੀ ਨਾਲ ਤੁਹਾਡੇ? ਮੈਂ ਬੱਚੀ ਕਹਿੰਦਾ ਬੱਚੀ ਵੇਖੇਗਾ, ਤੂੰ ਆਪਣੀਆਂ ਮਾਵਾਂ ਭੈੜਾ ਭੁੱਲ ਜਾਏਗਾ। ਤੁਸੀਂ ਨਾ ਬੱਚੀ ਦਿਖਾਓ, ਮੈਂ ਨਹੀਂ ਭੁੱਲਣਾ ਚਾਹੁੰਦਾ। ਜਿੱਦਾਂ ਕਿਤੇ ਅਗਲੇ ਤੇ ਉਲਟੀ ਨਾ ਕਰ ਦੇਵੇ। ਉਹਨੂੰ ਲੈਲਾ ਦਿਖਾਓ, ਸਾਨੂੰ ਲੈਲਾ ਦਿਖਾਓ, ਕਿਉਂਕਿ ਜਿਹੜੀ ਉਹਨੇ ਦੇਖਣੀ ਅਸੀਂ ਨਹੀਂ ਉਹ ਦੇਖਣੀ। ਸਾਡੇ ਵਾਸਤੇ ਜਿਹੜਾ ਤੁਸੀਂ 18 ਸਾਲ ਦੱਸੇ ਸਾਨੂੰ ਉਹ ਪੂਰੇ ਚਾਹੀਦੇ ਆ। ਬੱਚੀ ਭਲਾ ਮੱਲਾ ਠੀਕ ਨਹੀਂ, ਬੱਚੀ ਵੀ ਠੀਕ ਨਹੀਂ ਹੈਗੀ।
ठीक हो जाता प्यो नहीं ठीक ते मैं चाहना फैसलाबाद आ हाँ जी हाँ जी ते बोनी चंगी हो जाए चंगी हो जानी है तुहाडी चंगी बोनी हो जानी है तुसी बेफिक्र होके बच्ची अपनी सदो मुड़ के असीं भी किसे नूं सदीए इत्थे देखो मैनूं पता लगा सी तुहाडी बच्ची नूं भी ना दिहाड़ी चंगी लगी सी पहली असीं सिंगर आ वीरे आ सिंगर गाणा गाउण वाले तुहाडे बच्चियां नहीं है है वा पर तेरे वर्गियां नहीं है तू जिहड़ी 18 साल दी पूरी करके लियाया ना 2 साल इंतजार कर ला उहदा शनाख्ती कार्ड बनवा ला 20 साल दी ते सौखा बन जाणा ਉਹ ਗੋਲੀ ਖਾ ਕੇ ਮੂੰਹ ਖੜਾ ਕੀਤਾ ਹੁੰਦਾ ਗੱਲ ਸੁਣ ਲਈਦੀ ਹੁੰਦੀ ਹੈ ਦੇਖੋ ਜੀ ਬੱਚੀ ਤੁਸੀਂ ਲੈ ਕੇ ਆਏ ਹੋ ਅਸੀਂ ਮੂੰਹ ਵੀ ਨਾ ਖੜਾ ਕਰੀਏ ਮੈਂ ਇਹ ਸੋਚਿਆ ਵੀ ਬੱਚੀ ਜਿਹੜੀ ਹੈ ਨਾ ਤੁਹਾਡੇ ਕੋਲ ਦਾਖਲ ਕਰਵਾ ਦਈਏ ਹਾਂਜੀ ਹਾਂਜੀ ਤੇ ਆਪ ਸੁੱਖ ਨਾਲ ਘਰ ਬਹਿ ਜਾਓ ਤੁਸੀਂ ਉਹ ਫੀਡਰ 'ਚ ਭੱਲੇ ਪਾਏ ਹੁੰਦੇ ਗੱਲ ਸੁਣ ਲਈਦੀ ਹੁੰਦੀ ਆ ਦੇਖੋ ਜੀ ਮੇਰੀ ਗੱਲ ਸੁਣੋ ਤੁਸੀਂ ਸਮਝਦਾਰ ਬੰਦੇ ਲੱਗਦੇ ਹੋ ਪਿੰਜਰੇ 'ਚ ਦੁਸ਼ਮਣੀ ਪਾਲੀ ਹੁੰਦੀ ਪਤਾ ਕੀ ਗੱਲ ਆ